ਤਰਨ ਤਾਰਨ ਗੁਰਦੁਆਰਾ ਚੂਲੇ ਮਹਿਲ ਠੱਠੀ ਖਾਰਾ ਦੇ ਮੁਖੀ ਬਾਬਾ ਹੀਰਕ ਸਿੰਘ ਜੀ ਵੱਲੋਂ ਕੋਰੋਨਾ ਕਰਫਿਊ ਦੌਰਾਨ ਜ਼ਰੂਰਤਮੰਦਾਂ ਪਰਿਵਾਰਾਂ ਦੀ ਮਦਦ ਲਈ ਰੋਜ਼ਾਨਾ ਦੀ ਵਰਤੋਂ ਦੀਆਂ ਰਸਦਾਂ ਘਰ ਘਰ ਜਾ ਕੇ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਨਾਲ SSP ਧਰੂਵ ਦਈਆ ਨਾਲ ਵੱਡੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ। ਇਸ ਮੌਕੇ SSP ਸਾਹਿਬ ਨੇ ਬਾਬਾ ਜੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬਾਬਾ ਹੀਰਾ ਸਿੰਘ ਜੀ ਨੇ ਦੱਸਿਆ ਕਿ ਅਸੀਂ 24 ਘੰਟੇ ਗੁਰਦੁਆਰਾ ਚੁੱਲ੍ਹੇ ਮਹਿਲ ਲੰਗਰ ਬਣਾ ਕੇ ਵਰਤਿਆਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ SSP ਸਾਹਿਬ ਨਾਲ ਅੱਜ 90 ਤੋੜੇ ਆਟਾ ਅਤੇ ਹੋਰ ਰਾਸ਼ਨ ਦਾ ਸਮਾਨ ਪਰਿਵਾਰ 'ਚ ਵੰਡਿਆ ਗਿਆ ਹੈ। ਇਸ ਮੌਕੇ ਉਹਨਾਂ ਨਾਲ ਬਾਬਾ ਅਮ੍ਰਿਤਪਾਲ ਸਿੰਘ, ਸੇਵਾਦਾਰ ਸੁੱਖਾ ਸਿੰਘ, ਜਸ਼ਨਬੀਰ ਸਿੰਘ, ਮਨਬੀਰ ਸਿੰਘ, ਜੱਜ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ, ਜਿਨ੍ਹਾਂ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ। ਅਸੀਂ 500-600 ਦੇ ਘਰ ਪਹੁੰਚਾ ਤਾ ਰਾਸ਼ਨ ਅੱਜ ਤੱਕ, ਅਤੇ ਅਗਾਂਹ ਵੀ ਜੋ ਵੀ ਹੈਗਾ ਪਹੁੰਚਾਵਾਂਗੇ ਸਾਰਿਆਂ ਦੇ ਘਰ। ਅਸੀਂ ਨੇ ਘਰਾਂ 'ਚ ਰਹੋ ਬਾਹਰ ਨਾਲ ਗੁਰਦੁਆਰਾ ਝੂਗਣੇ ਮਹਿਲ ਸਾਹਿਬ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਦਾਸ ਬਾਬਾ ਹੀਰਾ ਸਿੰਘ ਵੱਲੋਂ ਇਹ ਚਲਾ ਰਹੇ ਹਾਂ। ਇਹ ਚੱਲੂਗਾ, ਡੇਲੀ ਚੱਲ ਰਿਹਾ ਜੀ, ਲੰਗਰ ਵੀ ਚੱਲ ਰਿਹਾ, ਗੁਰਦੁਆਰੇ ਵੀ ਚੱਲਣ ਡਿਆ ਅਤੇ ਘਰਾਂ 'ਚ ਵੀ ਬਣਾ ਬਣਾ ਕੇ ਅਤੇ ਖਾਣ ਡਏ ਡੇਲੀ। ਦੁੱਧ ਦੀ ਸਾਰੀ ਸੇਵਾ ਸਾਡੀ, ਗੱਫਿਆਂ ਦੀ, ਦੁੱਧ ਦੀ, ਜੋ ਵੀ ਘਰਾਂ 'ਚ ਬਚਾਉਣ ਡਿਆ। ਹਾਂਜੀ, ਬਹੁਤ ਵਧੀਆ ਗੱਲ ਹੈਗੀ ਜੀ, ਜਿਵੇਂ ਇਹਨਾਂ ਨੇ ਇੰਨਾ ਜ਼ਿਆਦਾ ਮਤਲਬ ਕਿ ਆਪਣਾ ਇੱਕ ਸੋਸ਼ਲ ਕੌਜ਼ ਲਈ ਲੋਕਾਂ ਨੂੰ ਸਮਾਨ ਦਿੱਤਾ ਹੈ, ਅਤੇ ਸਾਡੀ ਵੀ ਕੋਸ਼ਿਸ਼ ਇਹ ਹੈ ਜੀ ਕਿ ਅਸੀਂ ਇਸੈਂਸ਼ਲ ਆਈਟਮ ਜਿਹੜੇ ਆ ਸਾਰਿਆਂ ਤੱਕ ਪਹੁੰਚਣ, ਔਰ ਉਸ ਤੋਂ ਇਲਾਵਾ ਨਾਲ ਦੀ ਨਾਲ ਕਰਫਿਊ ਵੀ ਜਿਹੜਾ ਹੈਗਾ ਪ੍ਰੋਪਰਲੀ ਅਸੀਂ ਇਨਫੋਰਸ ਕਰ ਰਹੇ ਹਾਂ।